ਅਕਸਰ ਹੀ ਪੁਲਸ ਵਿਭਾਗ ਦੇ ਉੱਤੇ ਕਈ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਕਈ ਤਰੀਕੇ ਦੀਆਂ ਅਫਵਾਹਾਂ ਵੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ ਕਿ ਪੁਲਸ ਵਿਭਾਗ ਦੇ ਵਿੱਚ ਜਿਹੜੀਆਂ ਮਹਿਲਾ ਮੁਲਾਜ਼ਮਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਕਈ ਤਰੀਕੇ ਦਾ ਸ਼ੋਸ਼ਣ ਵੀ ਕੀਤਾ ਜਾਂਦਾ ਵੱਡੇ ਅਫਸਰਾਂ ਵੱਲੋਂ ਹੁਣ ਇਹ ਸ਼ੋਸ਼ਣ ਸੀ ਜਾਂ ਫਿਰ ਰਿਸ਼ਤਾ ਪਰ ਇੱਕ ਘਟਨਾ ਸਾਹਮਣੇ ਆਈ ਹੈ ਜੈਪੁਰ ਤੋਂ ਡੀਐਸਪੀ ਹੀਰਾ ਲਾਲ ਸੈਣੀ ਦੀ ਇੱਕ ਕੌਨਸਟੇਬਲ ਮਹਿਲਾ ਕੌਨਸਟੇਬਲ ਦੇ ਨਾਲ ਅਸ਼ਲੀਲ ਵੀਡੀਓ ਵਾਇਰਲ ਹੋਈ ਹੈ ਇੱਕ ਨਹੀਂ ਦੋ ਵੀਡੀਓਜ਼ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਦੋਨੋਂ ਅਸ਼ਲੀਲ ਹਾਲਤ ਦੇ ਵਿੱਚ ਇੱਕ ਪੂਲ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਾਂਸਟੇਬਲ ਦਾ ਮਹਿਲਾ ਕਾਂਸਟੇਬਲ ਦਾ 6 ਸਾਲਾਂ ਦਾ ਬੱਚਾ ਵੀ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਜਦ ਕਿ ਬਾਕੀ ਅਸ਼ਲੀਲਤਾ ਵਾਲੇ ਕੰਮ ਇਸ ਵੀਡੀਓ ਦੇ ਵਿੱਚ ਡੀਐਸਪੀ ਤੇ ਇਸ ਮਹਿਲਾ ਕਾਂਸਟੇਬਲ ਵੱਲੋਂ ਕੀਤੇ ਜਾ ਰਹੇ ਨੇ ਇਹ ਮਾਮਲਾ ਜਿਵੇਂ ਹੀ ਉਜਾਗਰ ਹੋਇਆ ਉਸ ਤੋਂ ਬਾਅਦ ਡੀਐਸਪੀ ਤੇ ਇਸ ਮਹਿਲਾ ਕਾਂਸਟੇਬਲ ਨੂੰ ਪਹਿਲਾਂ ਹੀ ਬਰਖਾਸਤ ਕਰ ਦਿੱਤਾ ਗਿਆ ਤੇ ਹੁਣ ਜਿਹੜੀ ਵੱਡੀ ਅਪਡੇਟ ਆ ਰਹੀ ਹੈ ਚਾਰ ਹੋਰ ਵੱਡੇ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਗਿਆ ਕਿਉਂਕਿ ਕਿਹਾ ਜਾ ਰਿਹਾ ਵੀ ਉਹ ਵੀ ਕਿਤੇ ਨਾ ਕਿਤੇ ਇਹ ਸਾਰੇ ਮਾਮਲੇ ਨਾਲ ਜੁੜੇ ਹੋਏ ਸੀ ਕਿਤੇ ਨਾ ਕਿਤੇ ਸ਼ੋਸ਼ਣ ਵੀ ਹੋ ਰਿਹਾ ਸੀ ਸੋ ਇਹ ਸਾਰਾ ਕੁਝ ਜਿਹੜਾ ਇਹ ਉਜਾਗਰ ਹੋਇਆ ਤੇ ਜੈਪੁਰ ਪੁਲਿਸ ਵਾਸਤੇ ਇਹ ਵੱਡੀ ਸੱਟ ਲੱਗੀ ਹੈ ਇੱਕ ੱੱਬਾ ਲੱਗਿਆ ਵਰਦੀ ਦੇ ਉੱਤੇ ਸੋ ਡੀਐਸਪੀ ਹੀਰਾਲਾਲ ਸੈਣੀ ਦੇ ਇਸ ਮਹਿਲਾ ਕਾਂਸਟੇਬਲ ਦੇ ਨਾਲ ਰਿਸ਼ਤਾ ਦੱਸਿਆ ਜਾਂਦਾ ਸੀ ਬਾਅਦ ਦੇ ਵਿੱਚ ਮਹਿਲਾ ਕਾਂਸਟੇਬਲ ਨੇ ਇਹ ਵੀ ਪੱਖ ਅੱਗੇ ਰੱਖਿਆ ਵੀ ਕਿਤੇ ਨਾ ਕਿਤੇ ਸ਼ੁਰੂ ਦੇ ਵਿੱਚ ਉਸਦੇ ਨਾਲ ਸ਼ੋਸ਼ਨ ਵੀ ਕੀਤਾ ਗਿਆ ਸੀ ਬਾਅਦ ਦੇ ਵਿੱਚ ਰਿਸ਼ਤਾ ਜਿਹੜਾ ਹੈ ਦੋਵਾਂ ਪਾਸੋਂ ਹਾਮੀ ਭਰੀ ਗਈ ਸੀ ਉਦੋਂ ਹੀ ਇਸ ਮਹਿਲਾ ਕਾਂਸਟੇਬਲ ਦੇ ਵਟਸਐਪ ਉੱਤੇ ਇਹ ਵੀਡੀਓ ਕਿਸੇ ਤਰੀਕੇ ਚੜ ਜਾਂਦੀ ਹੈ ਜਿਸ ਤੋਂ ਬਾਅਦ ਉਸ ਦਾ ਪਤੀ ਮਹਿਲਾ ਕਾਂਸਟੇਬਲ ਦਾ ਪਤੀ ਕੰਪਲੇਂਟ ਕਰਦਾ ਹੈ ਤੇ ਫਿਰ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਨਜ਼ਰੀ ਪੈਂਦਾ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ